5 ਸਾਲਾਂ ਦਾ ਧਰੂ ਅੱਜ ਵੀ ਅਸੀਂ ਆਕਾਸ਼ ਦੇ ਵਿੱਚ ਇੱਕ ਤਾਰਾ ਹੈ ਜਿਸ ਨੂੰ ਧਰੂ ਤਾਰਾ ਕਹਿੰਦੇ ਹਾਂ। ਬਾਕੀ ਤਾਰੇ ਆਪਣੀ ਥਾਂ ਤੇ ਸਦਾ ਨਹੀਂ ਦਿਸਦੇ, ਪਰ ਉਹ ਧਰੂ ਤਾਰਾ ਇੱਕੋ ਥਾਂ ਤੇ ਅਟਲ ਨਜ਼ਰ ਆਉਂਦਾ ਹੈ। ਉਸ ਦਾ ਨਾਂ ਹੀ ਧਰੂ ਤਾਰਾ ਹੈ। ਧਰੂ ਇਹ ਤਾਰਾ ਹੋਵੇ ਜਾਂ ਨਾ, ਇਹ ਵਿਚਾਰਨ ਵਾਲੀ ਗੱਲ ਹੈ, ਪਰ ਇਹ ਸੱਚ ਹੈ ਕਿ ਇਸ ਤਾਰੇ ਦੀ ਵਡਿਆਈ ਧਰੂ ਕਰਕੇ ਬਣਦੀ ਹੈ। ਛੋਟੀ ਉਮਰ ਦਾ ਪ੍ਰਹਲਾਦ ਨਾਮ ਦੀ ਗੱਲ ਕਰਦਾ ਹੈ, ਜਪਦਾ ਹੈ, ਨਿਰਭੈ ਹੋ ਕੇ ਜਪਦਾ ਹੈ, ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉਹ ਬੱਚਾ ਜਗਤ ਪ੍ਰਸਿੱਧ ਭਗਤ ਹੋ ਜਾਂਦਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।